ਪੁਰਾਣਾ ਪੰਜਾਬ ਚੈਨਲ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਹੀ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਹੈ। ਪੰਜਾਬ ਦੇ ਵਿੱਚ ਗੁਰੂ ਸਾਹਿਬਾਨ ਨੇ ਪੰਜਾਬ ਦੀ ਧਰਤੀ ਤੇ ਪੰਜਾਬ ਦਾ ਜਿਹੜਾ ਸੂਫੀਆਨਾ ਗਾਇਕੀ ਔਰ ਵਾਰਾਂ ਢਾਡੀ ਵਾਰਾਂ ਛੰਤ ਕੋਰੜੇ ਸੋਹਲੇ ਦਿਉਡੇ ਢਾਈਏ ਗੁਰੂ ਸਾਹਿਬਾਨ ਨੇ ਇਹ ਸਾਰਾ ਜਿਹੜਾ ਵਿਰਸਾ ਗੁਰਬਾਣੀ 'ਚ ਸੰਭਾਲ ਕੇ ਰੱਖਿਆ ਹੋਇਆ। ਪੁਰਾਤਨ ਢਾਡੀਆਂ ਇਹ ਜਿਹੜੀਆਂ ਤਰਜ਼ਾਂ ਸੀਆਂ ਉਹ ਤਰਜ਼ਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਵੀ ਦਰਜ ਕੀਤਾ ਗਿਆ ਹੈ। ਸੀਨਾ ਮਸੀਨਾ ਪੰਜਾਬ ਦੇ ਵਿੱਚੋਂ ਅੱਜ ਦੀ ਜਿਹੜੇ ਪੱਛਮੀ ਸੱਭਿਅਤਾ ਜਿਹੜੀ ਸਾਡੇ ਉੱਪਰ ਹਾਵੀ ਹੋ ਗਈ ਔਰ ਪੱਛਮੀ ਸੱਭਿਅਤਾ ਦੇ ਜ਼ਿਆਦਾ ਭਾਰੂ ਹੋਣ ਕਰਕੇ ਜਿਹੜਾ ਸਾਡਾ ਅਨਮੁੱਲਾ ਵਿਰਸਾ ਹੈ, ਪੰਜਾਬੀ ਵਿਰਸਾ, ਪੰਜਾਬੀ ਗਾਇਕੀ ਦਾ ਵਿਰਸਾ, ਸੂਫੀਆਨਾ ਵਿਰਸਾ, ਇਹ ਅਲੋਪ ਹੁੰਦਾ ਜਾ ਰਿਹਾ ਹੈ। ਚੰਦ ਲੋਕ ਹਨ ਜਿਨ੍ਹਾਂ ਨੇ ਇਸ ਵਿਰਸੇ ਨੂੰ ਜਿਉਂਦਾ ਰੱਖਿਆ ਹੈ ਔਰ ਮੇਰੇ ਨਾਲ ਹਨ ਗੁਰਮੀਤ ਸਿੰਘ ਜੀ ਦਿਆ ਸਿੰਘ ਵਾਲਾ ਦਿਆਗੜ ਤੋਂ। ਇਹਨਾਂ ਦਾ ਜਥਾ ਹੈ ਜਿਹੜਾ ਇਹਨਾਂ ਨੇ ਆਪਣੇ ਬੱਚਿਆਂ ਨੂੰ ਵੀ ਇਸੇ ਵਿਰਸੇ ਦੇ ਵਿੱਚ ਜੋੜ ਕੇ ਰੱਖਿਆ ਹੋਇਆ ਹੈ ਤੇ ਇਹਨਾਂ ਨੌਵੀਂ ਪੀੜ੍ਹੀ ਇਹਨਾਂ ਦੀ ਇਸ ਵਿਰਸੇ ਨਾਲ ਚੱਲ ਰਹੀ ਹੈ। ਸੂਫੀਆਨਾ ਕਲਾਮ ਅੱਜ ਇਹਨਾਂ ਤੋਂ ਆਪਾਂ ਸਰਵਣ ਕਰਾਂਗੇ। ਆਓ ਆਪਾਂ ਗੁਰਮੀਤ ਸਿੰਘ ਜੀ ਪਾਸੋਂ ਸੂਫੀਆਨਾ ਕਲਾਮ ਹੈ ਜਿਹੜਾ ਛੋਟਾ ਛੰਦ ਹੈ ਸਰਵਣ ਕਰਦੇ ਹਾਂ। ਉਹ ਟੜਪਿਆ ਨਾ ਥੱਕ ਜਾਣੂੰ ਉਹ ਚੜਪਿਆ ਨਾ ਥੱਕ ਜਾਣੂੰ ਉਹ ਪੂਰਨ ਪੁਰਖ ਅਵਤਾਰ ਛੇਲੀ ਟੋਪੀ ਮੋੜੀ ਰੁਮਾਲੀ ਬਦਲ ਕੇ ਉਹ ਪਸਮ ਰੁਮਾਲੀ ਬਦਲ ਕੇ ਉਹ ਸਿਪਦਾਨ ਜੋ ਤਸਕਾਰ ਸੁਣਦਾ ਜਗਾਰੀ ਬਾਰੀ ਕੋਠੜੀ ਉਹ ਸੁਣਦਾ ਜਗਾਰੀ ਬਾਰੀ ਕੋਠੜੀ ਰੱਖਦੀ ਉਹ ਬੀਨਾ ਜੋੜੀਆਂ ਉਹ ਰੱਖਦੀ ਉਹ ਬੀਨਾ ਜੋੜੀਆਂ ਉਹ ਨਗਸੇ ਕਰੇ ਪਿਆਰ ਉਹ ਵੇਖੇ ਸ਼ਕਲ ਫਕੀਰ ਦੀ ਹੋਸ਼ ਵੀ ਆਈ ਤੋ ਚਲੀ ਕੌਣ ਵੇਖ ਸਰਕਾਰ ਉਹ ਕਿਧਰੋਂ ਆ ਗਿਆ ਚੱਲ ਕੇ ਉਹ
ਕਿਧਰੋਂ ਚੱਲ ਕੇ ਜਾਣਾ ਕੌਣ ਚਾਰ ਮਨ ਦੀ ਵਿਦਿਆ ਦੱਸ ਦੇ ਬੱਚਿਆਂ ਯਾਰ ਜਗ ਜਾ ਉਹ ਬੱਚਿਆਂ ਬਿਆਰ ਜਗ ਜਾ।